ਉਧਰ ਬੀਸੀ ਫੈਰਿਜ਼ ਨੇ ਇਸ ਤੇਲ ਦੀਆਂ ਕੀਮਤਾਂ ਨੂੰ ਵਧਣ ਤੋਂ ਬਾਅਦ ਉਹਨਾਂ ਨੇ ਆਪਣਾ ਇੰਦਨ ਸਰਚਾਰਜ ਯਾਨੀ ਕਿ ਤੇਲ ਸਰਚਾਰਜ ਜਿਹੜਾ ਹੈ ਫਿਊਲ ਸਰਚਾਰਜ ਉਹ ਲਗਾਉਣ ਦੇ ਉੱਤੇ ਜ਼ੋਰ ਦਿੱਤਾ ਹੈ ਉਹਨਾਂ ਕਹੇ ਕਿ ਇਹ ਸਰਚਾਰਜ ਹੁਣ ਲਗਾਉਣਾ ਜ਼ਰੂਰੀ ਹੋਏਗਾ ਵੀਕਐਂਡ ਦੇ ਉੱਤੇ ਮਦਰਸਡੇ ਵੀਕਐਂਡ ਤੋਂ ਬਾਅਦ ਹੀ ਹੈ ਜਿਹੜਾ ਇਹ ਫੈਸਲਾ ਕੀਤਾ ਗਿਆ ਜਿਸ ਕਰਕੇ ਬੀਸੀ ਫੈਰਿਜ਼ ਦੇ ਵਿੱਚ ਹੁਣ ਜਿਹੜੇ ਲੋਕ ਜਾਣਗੇ ਉਹਨਾਂ ਨੂੰ ਵੀ ਵੱਧ ਖਰਚਾ ਇਸ ਦਾ ਚੱਲਣਾ ਪੈ ਸਕਦਾ ਹੈ ਫਿਊਲ ਸਰਚਾਰਜ ਉਹਨਾਂ ਨੂੰ ਅਦਾ ਕਰਨਾ ਪੈ ਸਕਦਾ ਹੈ ਦੱਸਿਆ ਕਿ ਜਿਸ ਤਰੀਕੇ ਨਾਲ ট্রান্সਪੋਰਟੇਸ਼ਨ ਕੰਪਨੀ ਨੇ ਸੋਮਵਾਰ ਯਾਨੀ 9 ਮਈ ਨੂੰ ਅੱਜ ਐਲਾਨ ਕੀਤਾ ਹੈ ਕਿ ਸਰਚਾਰਜ 1 ਜੂਨ ਤੋਂ 2.5% ਤੱਕ ਵੱਧ ਜਾਏਗਾ ਮੈਟਰੋ ਵੈਨਕੂਵਰ ਆਇਲੈਂਡ ਰੂਟਾਂ ਤੇ ਇਹ ਇੱਕ ਬਾਲਗ ਯਾਤਰੀ ਟਿਕਟ ਤੇ 45 ਸੈਂਟ ਦੇ ਵਾਅਦੇ ਦੇ ਬਰਾਬਰ ਹੋਵੇਗਾ ਤੇ ਵਾਹਨ ਦੇ ਡਰਾਈਵਰ ਤੇ ਡਾਲਰ 2 ਦਾ ਵਾਅਦਾ ਹੋਵੇਗਾ ਅੰਤਰ ਟਾਪੂ ਮਾਰਗਾਂ ਤੇ ਉਹੀ ਟਿਕਟਾਂ ਕ੍ਰਮਵਾਰ ਜਿਹੜੀਆਂ ਨੇ ਉਹ 25 ਸੈਂਟ ਤੇ ਡਾਲਰ 1.5 ਵਧਣਗੀਆਂ ਇਹ ਵਾਅਦਾ ਉਹਨਾਂ ਯਾਤਰਾਵਾਂ ਨੂੰ ਵੀ ਪ੍ਰਭਾਵਿਤ ਕਰੇਗਾ ਜਿੱਥੇ ਪਹਿਲਾਂ ਸਰਚਾਰਜ ਨਹੀਂ ਸੀ ਜਿਸ ਦੇ ਵਿੱਚ ਪੋਰਟ ਹਾਰੀ ਤੋਂ ਪ੍ਰਿੰਸ ਰੋਪਰਟਸ ਤੇ ਪ੍ਰਿੰਸ ਰੋਪਰਟਸ ਤੋਂ ਹਾਇਰਾ ਹਵਾਈ ਤੋਂ ਪੋਰਟ ਹਾਰਡੀ ਤੋਂ ਸੈਂਟਰਲ ਕੋਸਟ ਰੂਟਸ ਜਿਹੜੇ ਨੇ ਉਹ ਸ਼ਾਮਿਲ ਨੇ BC ਫੈਰੀਜ਼ ਨੇ ਇੰਦਨ ਦੀਆਂ ਕੀਮਤਾਂ ਵਿੱਚ ਵੱਡੀਆਂ ਤਬਦੀਲੀਆਂ ਦਾ ਪ੍ਰਬੰਧਨ ਕਰਨ ਦੇ ਵਿੱਚ ਮਦਦ ਕਰਨ ਲਈ ਪਿਛਲੇ 18 ਸਾਲਾਂ ਤੋਂ ਇੱਕ ਬੈਲੈਂਸ ਸਰਚਾਰਜ ਛੋੜ ਪ੍ਰਣਾਲੀ ਦੀ ਵਰਤੋਂ ਕੀਤੀ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਇੱਕ ਵਾਰ BC ਵਿੱਚ ਕਿਨਾਰੇ ਚਾਰਜਿੰਗ ਬੁਨਿਆਦੀ ਢਾਂਚੇ ਨੂੰ ਸਥਾਪਿਤ ਕੀਤੇ ਜਾਣ ਤੋਂ ਬਾਅਦ ਇਹ ਭਵਿਕ ਵਿੱਚ ਇਲੈਕਟ੍ਰਿਕ ਫੈਰੀਆਂ ਵੱਲ ਕੰਮ ਕਰ ਰਿਹਾ ਹੈ ਇਸ ਦੇ ਸੋਮਵਾਰ ਦੇ ਐਲਾਨ ਦੇ ਮੁਤਾਬਕ ਕੁਝ ਮੈਟਰੋ ਵੈਨਕੂਵਰ ਗੈਸ ਸਟੇਸ਼ਨਾਂ ਤੇ ਇੱਕ ਹਫ਼ਤੇ ਦੇ ਅੰਤ ਵਿੱਚ 2.229 ਡਾਲਰ ਹਰ ਲੀਟਰ ਤੱਕ ਗੈਸ ਦੇ ਵਾਅਦੇ ਦੇ ਬਾਅਦ ਤੇ ਮਹਾਰਾ ਦੁਆਰਾ ਭਵਿਕਵਾਣੀ ਕੀਤੀ ਗਈ ਹੈ ਕਿ ਇਹ ਅੱਗੇ ਹੋਰ ਵਾਧੀਆਂ ਜਾਰੀ ਰਹਿ ਸਕਦੀਆਂ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ